ਵੈਲਕਮ ਸਟੂਡੈਂਟਸ। ਪੰਜਾਬੀ ਭਾਸ਼ਾ ਦੇ ਸਾਹਿਤ ਅਤੇ ਇਹਦੇ ਇਤਿਹਾਸ ਬਾਰੇ ਜਾਣਨ ਲਈ ਲੋਕ ਵਾਰਾਂ ਨੇ ਜਿਹੜੀਆਂ ਉਹ ਮਹੱਤਵਪੂਰਨ ਸਰੋਤ ਨੇ। ਵਾਰ ਕਾਵਿ ਆ ਜਿਹੜਾ ਸਾਹਿਤ ਦਾ ਉਹ ਰੂਪਾਕਾਰ ਆ ਜਿਸ ਵਿੱਚ ਸੂਰਵੀਰਾਂ ਦੀ ਵੀਰਤਾ ਦੇ ਕਾਰਨਾਮੇ ਕਵਿਤਾ ਦੇ ਮਾਧਿਅਮ ਰਾਹੀਂ ਪੇਸ਼ ਕੀਤੇ ਜਾਂਦੇ ਨੇ ਜਾਂ ਕਾਵਿ ਦੇ ਮਾਧਿਅਮ ਰਾਹੀਂ ਪੇਸ਼ ਕੀਤੇ ਜਾਂਦੇ ਨੇ। ਆਦਿਕਾਲੀਨ ਪੰਜਾਬ ਵਿੱਚ ਢਾਡੀਆਂ ਦੀ ਇੱਕ ਸ਼੍ਰੇਣੀ ਹੁੰਦੀ ਸੀ ਜਿਹੜੇ ਰਾਜੇ ਰਜਵਾੜਿਆਂ ਨੂੰ ਪ੍ਰਸੰਨ ਕਰਨ ਵਾਸਤੇ ਉਹਨਾਂ ਦੀ ਬਹਾਦਰੀ ਜਾਂ ਸਾਹਸ ਦੇ ਕਾਰਨਾਮੇ ਵਾਰਾਂ ਦੇ ਮਾਧਿਅਮ ਰਾਹੀਂ ਬਿਆਨ ਕਰਦੀ ਸੀ। ਪੰਜਾਬੀ ਸਾਹਿਤ ਦੇ ਨਿਕਾਸ ਵਿੱਚ ਇਹਨਾਂ ਵਾਰਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਲੋਕ ਵਾਰਾਂ ਦੀਆਂ ਧੁਨੀਆਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰੂ ਸਾਹਿਬਾਨ ਦੀਆਂ ਅਧਿਆਤਮਕ ਵਾਰਾਂ ਦੇ ਨਾਲ ਆਇਆ ਹੈ। ਗੁਰੂ ਸਾਹਿਬਾਨ ਨੇ ਉਹਨਾਂ ਵਾਰਾਂ ਦੀਆਂ ਧੁਨੀਆਂ ਉੱਪਰ ਇਹਨਾਂ ਵਾਰਾਂ ਦੀ ਰਚਨਾ ਕੀਤੀ ਹੈ। ਆਦਿਕਾਲੀਨ ਪੰਜਾਬੀ ਸਾਹਿਤ ਦੀਆਂ ਲੋਕ ਵਾਰਾਂ ਦੇ ਕੁਝ ਨਮੂਨੇ ਪੰਡਿਤ ਤਾਰਾ ਸਿੰਘ ਨਰੋਤਮ, ਨਾਮ ਯਾਦ ਰੱਖਣਾ ਹੈ ਤੁਸੀਂ, ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਰਚਨਾ, ਕਿਹੜੀ ਰਚਨਾ, ਗੁਰਮਤਿ ਨਿਰਣੈ ਸਾਗਰ ਵਿੱਚ ਅੰਕਿਤ ਕੀਤੇ ਹਨ। ਲੋਕ ਵਾਰਾਂ ਦੇ ਨਾਮ, ਕੁਛ ਲੋਕ ਵਾਰਾਂ ਨੇ ਮਹੱਤਵਪੂਰਨ ਸਾਡੀਆਂ, ਟੁੰਡੇ ਅਸਰਾਜੇ ਕੀ ਵਾਰ, ਸਿਕੰਦਰ ਇਬਰਾਹਿਮ ਕੀ ਵਾਰ, ਰਾਏ ਕਮਾਲ ਦੀ ਮੌਜ ਦੀ ਕੀ ਵਾਰ, ਲੱਲਾ ਬਹਿਲੀਮਾ ਕੀ ਵਾਰ, ਰਾਏ ਮਹਿਮੇ ਹਸਨੇ ਕੀ ਵਾਰ, ਮੂਸੇ ਕੀ ਵਾਰ, ਯੋਧੇ ਵੀਰੇ ਪੁਰਮਾਣੇ ਕੀ ਵਾਰ, ਬਾਰ ਮਲਕ ਮੁਰੀਦ ਤਥਾ ਚੰਦਰ ਹੜਾ ਸੋਈਆ ਕੀ, ਰਾਣੇ ਕੈਲਾਸ਼ ਤਥਾ ਮਾਲਦੇਵ ਕੀ ਵਾਰ। ਇਹਨਾਂ ਵਾਰਾਂ ਦੀ ਵਸਤੂ ਸਮੱਗਰੀ ਤੋਂ ਪਤਾ ਚੱਲਦਾ ਉਸ ਯੁੱਗ ਵਿੱਚ ਜਰ ਜ਼ੋਰੂ ਅਤੇ ਜ਼ਮੀਨ ਆਦਿ ਦੇ ਮੁੱਦਿਆਂ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਵੀ ਯੁੱਧ ਲੜੇ ਜਾਂਦੇ ਸਨ। ਟੁੰਡੇ ਅਸਰਾਜੇ ਦੀ ਵਾਰ ਵਿੱਚ ਦੋ ਭਰਾ ਖਾਨ ਅਤੇ ਸੁਲਤਾਨ ਆਪਣੇ ਤੀਜੇ ਭਰਾ ਨਾਲ ਦਗਾ ਕਰਦੇ ਹਨ, ਇਸ ਕਾਰਨ ਇਹ ਯੁੱਧ ਲੜਿਆ ਗਿਆ। ਸਿਕੰਦਰ ਇਬਰਾਹਿਮ ਦੀ ਵਾਰ ਵਿੱਚ ਇਬਰਾਹਿਮ ਬ੍ਰਾਹਮਣਾਂ ਦੀਆਂ ਸੁੰਦਰ ਮੁਟਿਆਰਾਂ ਨੂੰ ਮੰਗਵਾ ਕੇ ਉਹਨਾਂ ਨਾਲ ਵਿਚਾਰ ਕਰਦਾ ਹੈ। ਉਸ ਨੂੰ ਦੰਡ ਦੇਣ ਖਾਤਰ ਸਿਕੰਦਰ ਉਸ ਨਾਲ ਯੁੱਧ ਕਰਦਾ ਹੈ। ਰਾਏ ਕਮਾਲ ਦੀ ਮੌਜ ਕੀ ਵਾਰ ਅਨੁਸਾਰ ਵਾਰ ਦੇ ਇਲਾਕੇ ਵਿੱਚ ਦੋ ਜਾਗੀਰਦਾਰ ਭਰਾ ਕਮਾਲੂਦੀਨ ਕਮਾਲ ਦੀ ਅਤੇ ਸਾਰੰਗ ਰਹਿੰਦੇ ਸਨ। ਸਾਰੰਗ ਆਪਣੇ ਭਰਾ ਨੂੰ ਧੋਖੇ ਨਾਲ ਜ਼ਹਿਰ ਦੇ ਕੇ ਮਾਰ ਦਿੰਦਾ ਹੈ। ਉਸ ਦੀ ਵਿਧਵਾ ਆਪਣੇ ਪੁੱਤਰ ਮੌਜੂਦੀਨ ਮੌਜਦੀਨ ਨੂੰ ਨਾਲ ਲੈ ਕੇ ਪੇਕੇ ਚਲੀ ਜਾਂਦੀ ਹੈ। ਜਵਾਨ ਹੋ ਕੇ ਮੌਜਦੀਨ ਨਾਨਕੀ ਫੌਜ ਦੀ ਸਹਾਇਤਾ ਨਾਲ ਕਮਾਲੂਦੀਨ ਉੱਤੇ ਹਮਲਾ ਕਰਦਾ ਹੈ ਅਤੇ ਖੂਨੀ ਲੜਾਈ ਮਗਰੋਂ ਕਮਾਲ ਦੀ ਮਾਰਿਆ ਜਾਂਦਾ ਹੈ। ਲੱਲਾ ਬਹਿਲੀਮਾ ਦੀ ਵਾਰ ਵਾਅਦਾ ਇਹਦੇ ਵਿੱਚ ਕੀ ਆ, ਵਾਅਦਾ ਖਿਲਾਫੀ ਦਾ ਵਰਤਾਂਤ ਮਿਲਦਾ ਹੈ। ਲੱਲਾ ਆਪਣੀ ਸਿਆਸਤ ਵਿੱਚ ਸੋਕਾ ਪੈਣ ਕਰਕੇ ਬਹਿਲੀਮਾ ਨੂੰ ਕੁੱਲ ਉਪਜ ਦਾ ਛੇਵਾਂ ਹਿੱਸਾ ਦੇਣ ਕਰਕੇ ਬਹਿਲੀਮਾ ਤੋਂ ਨਹਿਰੀ ਪਾਣੀ ਲੈਂਦਾ ਹੈ, ਪਰ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁੱਕਰ ਜਾਂਦਾ ਹੈ। ਉਸ ਨੂੰ ਸਬਕ ਸਿਖਾਉਣ ਲਈ ਬਹਿਲੀਮਾ ਉਸ ਨਾਲ ਯੁੱਧ ਕਰਦਾ ਹੈ। ਫਿਰ ਅੱਗੇ ਰਾਏ ਮਹਿਮੇ ਹਸਨੇ ਦੀ ਵਾਰ, ਇਹਦੇ ਵਿੱਚ ਹਸਨਾ ਕੋਈ ਗੁਨਾਹ ਕਰਕੇ ਸਜ਼ਾ ਤੋਂ ਬਚਣ ਲਈ ਮਹਿਮੇ ਚੌਧਰੀ ਪਾਸ
ਸ਼ਰਨ ਲੈਂਦਾ ਏ। ਮਹਿਮਾ ਉਸ ਨੂੰ ਆਪਣੀ ਜਾਗੀਰ ਦਾ ਮੁਖਤਿਆਰ ਬਣਾ ਦਿੰਦਾ ਏ, ਪਰੰਤੂ ਹਸਨਾ ਉਸ ਨਾਲ ਵਿਸ਼ਵਾਸਘਾਤ ਕਰਦਾ ਏ ਅਤੇ ਉਸ ਨੂੰ ਸਜ਼ਾ ਦੇਣ ਵਾਸਤੇ ਮਹਿਮਾ ਉਸ ਨਾਲ ਲੜਾਈ ਕਰਦਾ ਏ। ਫਿਰ ਮੂਸੇ ਦੀ ਵਾਰ ਵਿੱਚ ਮੂਸੇ ਪਠਾਣ ਦੀ ਮੰਗੇਤਰ ਨੂੰ ਕੋਈ ਹੋਰ ਜਗੀਰਦਾਰ ਵਿਆਹ ਕੇ ਲੈ ਜਾਂਦਾ ਏ ਅਤੇ ਅਪਮਾਨ ਦਾ ਬਦਲਾ ਲੈਣ ਲਈ ਮੂਸਾ ਉਸ ਜਗੀਰਦਾਰ ਉੱਪਰ ਹਮਲਾ ਕਰਕੇ ਉਸਨੂੰ ਆਪਣੀ ਮੰਗੇਤਰ ਸਮੇਤ ਫੜ ਲਿਆਉਂਦਾ ਏ। ਮੰਗੇਤਰ ਨੂੰ ਉਸਦੇ ਮਨ ਦੀ ਇੱਛਾ ਪੁੱਛਣ 'ਤੇ ਉਹ ਕਹਿੰਦੀ ਹੈ, ਜਿਸ ਨਾਲ ਮੇਰਾ ਵਿਆਹ ਹੋਇਆ ਮੈਂ ਉਸੇ ਦੀ ਪਤਨੀ ਰਹਾਂਗੀ। ਮੂਸਾ ਇਸਤਰੀ ਦੀ ਇੱਛਾ ਦਾ ਸਨਮਾਨ ਕਰਦਿਆਂ ਦੋਹਾਂ ਨੂੰ ਸਨਮਾਨ ਸਹਿਤ ਵਿਦਾ ਕਰ ਦਿੰਦਾ ਏ। ਤਾਂ ਇਹ ਸੀਗੀਆਂ ਵਾਰਾਂ ਕੁਛ ਜਿਨ੍ਹਾਂ ਤੋਂ ਸਾਡਾ ਇਤਿਹਾਸ ਜਿਹੜਾ ਏ ਪੰਜਾਬੀ ਇਤਿਹਾਸ ਦਾ ਪਤਾ ਚੱਲਦਾ ਏ। ਤਾਂ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਨਾਥ ਸੰਪਰਦਾਏ ਬਾਰੇ ਪੜ੍ਹਾਂਗੇ। ਬਣੇ ਰਹੋ ਚੈਨਲ ਦੇ ਨਾਲ, ਵੱਧ ਤੋਂ ਵੱਧ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਫਿਰ ਨੈਕਸਟ ਟੌਪਿਕ ਦੇ ਵਿੱਚ।